ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ ਤੇ ਬਹੁਤ ਸਾਰੇ ਸ਼ਬਦ ਸਾਨੂੰ ਐਸੇ ਪੜਨ ਨੂੰ ਮਿਲਦੇ ਹਨ ਜਿਨ੍ਹਾਂ ਸ਼ਬਦਾਂ ਦੇ ਵਿੱਚ ਅਖੀਰਲੇ ਅੱਖਰ ਦੇ ਉੱਪਰ ਦੁਲਾਵਾਂ ਦਾ ਪਾਠ ਜਿਹੜਾ ਹੈ ਉਹ ਸਾਨੂੰ ਪੜਨ ਨੂੰ ਮਿਲਦਾ ਹੈ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਦੁਲਾਵਾ ਦੀ ਮਾਤਰਾ ਦਾ ਜਿਹੜਾ ਪਾਠ ਹੈ ਉਸ ਨੂੰ ਅਕਸਰ ਹੀ ਇਕ ਲਾਂ ਦੀ ਮਾਤਰਾ ਦੇ ਵਿੱਚ ਉਚਾਰਨ ਕਰਦੇ ਹਨ ਪਰ ਜੋ ਕਿ ਬਹੁਤ ਗਲਤ ਉਚਾਰਨ ਹੈ ਸੰਗਤ ਜੀ ਇਹਨਾਂ ਸ਼ਬਦਾਂ ਦਾ ਉਚਾਰਨ ਦਾ ਖਾਸਾ ਖਿਆਲ ਰੱਖਣਾ ਜਿਵੇਂ ਕਿ ਆਪ ਸ਼ਬਦ ਦੇਖ ਰਹੇ ਹੋ ਦੇਖੈ ਖੈ ਦੇ ਉੱਤਰ ਦੁਲਾਵਾ ਦਾ ਪਾਠ ਹੈ ਖੈ ਪਾਠ ਉਚਾਰਨ ਕਰਾਂਗੇ ਖੇ ਨਹੀਂ ਪੜਦਾ ਦੇਖੈ ਸੁਣੈ ਸੁਣੈ ਨਾਣੇ ਤੇ ਦੁਲਾਵਾ ਦਾ ਪਾਠ ਹੈ ਇਸੇ ਤਰ੍ਹਾਂ ਪੜ ਹੈ ਅੜਾੜੇ ਤੇ ਦੁਲਾਵਾਂ ਦਾ ਪਾਠ ਹੈ ਇਸੇ ਤਰ੍ਹਾਂ ਆਗ ਹੈ ਐੜੇ ਨੂੰ ਕੰਨ ਅ ਗਗੇ ਤੇ ਦੁਲਾਵਾਂ ਦਾ ਪਾਠ ਹੈ ਇਸੇ ਤਰ੍ਹਾਂ ਕ ਹੈ ਕਹੀਂ ਨਹੀਂ ਪੜਨਾ ਕ ਹੈ ਲਹ ਹੈ ਲੱਲਾ ਹਾਹੇ ਤੇ ਦੁਲਾਵਾਂ ਦਾ ਪਾਠ ਹੈ ਸੋ ਸੰਗਤ ਜੀ ਦੁਲਾਵਾਂ ਦੀ ਜਿਹੜੀ ਮਾਤਰਾ ਹੈ ਉਹਦਾ ਅਸੀਂ ਪ੍ਰੋਪਰ ਉਚਾਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ